ਲੱਭੀ ਲੈਦੇ ਆ ਤੇ ਮੈਂ YouTube ਤੇ ਦੇਖੀ ਜਾਵਾਂ ਸਾਡੇ ਨੂਰਾ ਭੈਣ ਜੀ ਜੋ ਤੇ ਨੂਰਾ ਭੈਣ ਜੀ ਬਾਲੀਵੁੱਡ ਦੇ ਸਟਾਰ ਬਣ ਚੁੱਕੇ ਨੇ ਉਹਨਾਂ ਦੇ ਤਾਂ ਮੈਂ ਨੇੜੇ ਤੇੜੇ ਵੀ ਨਹੀਂ ਐਸੀ ਗਾਇਕੀ ਉਹਨਾਂ ਦੀ ਤੇ ਕਿਸੇ ਨੇ ਨਾ ਉਹਨਾਂ ਨੂੰ ਫਰਮਾਇਸ਼ ਕਰਤੀ ਕਿਹੜਾ ਸੀ ਜੀ ਉਹ ਗਾਣਾ ਕਿਹੜਾ ਸੀ ਜੀ ਉਹ ਸੁਰਿੰਦਰ ਕੌਰ ਜੀ ਦਾ ਗਾਣਾ ਸੀਗਾ ਜੀ ਆਏ ਹਾਏ ਕਿ ਸ਼ੌਂਕਣ ਮੇਲੇ ਦੀ ਕਹਿੰਦੇ ਜੀ ਉਹ ਸੁਣਾ ਦੋ ਹੁਣ ਤੁਹਾਨੂੰ ਪਤਾ ਫੋਰਨ ਦੇ ਟੂਰ ਆ ਉੱਥੋਂ ਵਿੱਚੋਂ ਉੱਠ ਕੇ ਕਿਸੇ ਨੇ ਕਹਿਤਾ ਬੀ ਜੀ ਆਹ ਗਾਣਾ ਸੁਣਾ ਦੋ ਹੁਣ ਜੋਤੀ ਨੂਰਾ ਭੈਣ ਜੀ ਦੀ ਲਿਵ ਲੱਗੀ ਹੋਈ ਸੀ ਤੇ ਜਦੋਂ ਵਿੱਚ ਇਹ ਗਾਣੇ ਦੀ ਫਰਮਾਇਸ਼ ਆ ਗਈ ਤੇ ਫਰਮਾਇਸ਼ ਵੀ ਹੁਣ ਪੂਰੀ ਕਰਨੀ ਹੁੰਦੀ ਹੈ ਜੀ ਕਲਾਕਾਰ ਦਾ ਫਰਜ਼ ਬਣਦਾ ਤੇ ਉਹ ਕਹਿੰਦੇ ਜੀ ਵੀ ਪੂਰਾ ਗਾਣਾ ਤਾਂ ਯਾਦ ਨਹੀਂ ਵੀ ਜਿੰਨਾ ਕੁ ਗਾਣਾ ਹੈਗਾ ਭਾਜੀ ਵੀਡੀਓ ਨਾ ਬਣਾਇਓ ਨਾ ਮੇਰਾ ਭਾਈ ਸੌ ਲੱਗੇ ਤੁਹਾਨੂੰ ਪੀਰ ਬਾਬਾ ਦੀ ਜੇ ਵੀਡੀਓ ਬਣਾਓ ਤੁਸੀਂ ਸੂਫੀ ਗਾਇਕੀ ਚੋਂ ਖੋਭੇ ਹੋਏ ਤੇ ਫਰਮਾਇਸ਼ ਮੂਹਰੋਂ ਆ ਗਈ ਕਿ ਆਏ ਹਾਏ ਕਿ ਸ਼ੌਂਕਣ ਮੇਲੇ ਦੀ ਤੇ ਮਾੜੀ ਢੋਲਕੀ ਵਜਾ ਦੀ ਰਿੰਕੂ ਗਾਣਾ ਕਿੱਥੇ ਉਹਨਾਂ ਦੀ ਕਿੱਥੇ ਲਿਵ ਲੱਗੀ ਤੇ ਗਾਣਾ ਕਿਹੜਾ ਵਿੱਚ ਆ ਗਿਆ ਤੇ ਇੱਕ ਜੋਤੀ ਭੈਣ ਜੀ ਦੇ ਵਾਲ ਬੂਲ ਖੁੱਲੇ ਪਏ ਪੂਰੇ ਜਦੋਂ ਮਸਤ ਹੋ ਜਾਂਦੇ ਆ ਨਾ ਉਹਨਾਂ ਦੇ ਵਾਲ ਮੇਰੇ ਮੂੰਹ ਪਤਾ ਨਹੀਂ ਲੱਗਦਾ ਵੀ ਕਿਹੜੇ ਵਾਲ ਕਿੱਥੇ ਗਏ ਬਿੰਦੀ ਕਿੱਥੇ ਗਈ ਸੁਰਖੀ ਕਿੱਥੇ ਗਈ ਉਹ ਪੂਰੇ ਖੁੱਭ ਜਾਂਦੇ ਨੇ ਗਾਇਕੀ 'ਚ ਤੇ ਉਹਨਾਂ ਨੇ ਇਹ ਯੂਟਿਊਬ ਤੇ ਕੱਢ ਕੇ ਵੀ ਦੇਖ ਸਕਦੇ ਹੋ ਤੇ ਜਦੋਂ ਉਹਨਾਂ ਨੂੰ ਗਾਣੇ ਦੀ ਫਰਮਾਇਸ਼ ਆਈ ਉਹਨਾਂ ਨੂੰ ਗੁੱਸਾ ਤਾਂ ਅੰਦਰੋਂ ਆਇਆ ਹੋਣਾ ਵੀ ਕਿੱਥੇ ਲਿਵ ਲੱਗੀ ਪਈ ਸੀ ਤੇ ਉਹਨਾਂ ਨੇ ਗਾਣਾ ਉਹ ਪਤਾ ਕਿਵੇਂ ਗਾਇਆ ਆਏ ਹਾਏ ਕਿ ਸ਼ੰਕਰ ਮੋਟਾ ਭਾਜੀ ਸਹੀ ਮਰਾਸੀ ਤਮਾਏ ਆ ਬਲੋਰੀਓ ਭਾਜੀ ਤੁਸੀਂ ਮਰਵਾਓਗੇ ਕਿਸੇ ਦਿਨ ਮੈਨੂੰ ਐ ਨਹੀਂ ਇਹ ਗੱਲ ਸੱਚੀ ਅਸੀਂ ਯੂਟਿਊਬ ਤੇ ਕੱਢ ਕੇ ਤੁਸੀਂ ਦੇਖ ਸਕਦੇ ਉਹਨਾਂ ਦੀ ਪੂਰੀ ਵਿਚਾਰਿਆਂ ਦੀ ਲਿਵ ਲੱਗੀ ਹੋਈ ਸੂਫੀ ਗਾਇਕੀ ਚ ਤੇ ਕੋਈ ਮੇਰੇ ਵਰਗਾ ਉੱਠਿਆ ਵੀ ਟੇਢਾ ਜਾ ਕਲਾ ਉਹ ਸੁਣਾ ਦੇ ਸ਼ੌਂਕਣ ਮੇਲੇ ਦੀ ਤੇ ਗੁੱਸਾ ਤਾਂ ਉਹਨਾਂ ਨੂੰ ਆਇਆ ਸੀ ਵੀ ਕੈਸਾ ਸੁਰੀਲਾ ਮੈਂ ਗਾ ਰਹੀ ਸੀ ਵੈਸੇ ਇਹ ਗਾਣਾ ਵੀ ਬਹੁਤ ਸੁਰੀਲਾ ਹੈ ਪਰ ਆਪੋਜ਼ਿਟ ਜਦੋਂ ਫਰਮਾਇਸ਼ ਕਲਾਕਾਰ ਨੂੰ ਆਉਂਦੀਆਂ ਨੇ ਜੀ ਉਹ ਮਾਹੌਲ ਕਈ ਵਾਰ ਕਲਾਕਾਰ ਨੂੰ ਕੰਟਰੋਲ ਵੀ ਕਰਨਾ ਪੈਂਦਾ ਤੇ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਉਹ ਸੂਫੀ ਗਾਇਕੀ ਗਾਈ ਜਾਂਦੇ ਸੀ ਤੇ ਫਿਰ ਸ਼ੌਂਕਣ ਮੇਲੇ ਦੀ ਉਹਨਾਂ ਨੇ ਅੱਜ ਤਾਂ ਥੋੜ੍ਹਾ ਜਿਹਾ ਮੂਡ ਘੱਟ ਬਣਿਆ ਸੀ ਜੀ ਮੇਰਾ ਇਹਦੇ ਨਾਲ ਜੀ